ਭਾਰਤੀ ਜਨਤਾ ਪਾਰਟੀ ਘੱਟ ਗਿਣਤੀ ਮੋਰਚੇ ਦੀ ਪੰਜਾਬ ਬਾਡੀ ਦਾ ਐਲਾਨ। ਭਾਰਤੀ ਜਨਤਾ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੇ ਹੁਕਮਾਂ ਅਨੁਸਾਰ ਭਾਜਪਾ ਘੱਟ ਗਿਣਤੀ ਮੋਰਚਾ ਪੰਜਾਬ ਦੀ ਸੂਬਾ ਬਾਡੀ ਦਾ ਐਲਾਨ। ਪ੍ਰਧਾਨ ਸੈਮਸਨ ਬਬਲੂ ਨੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਡਾਕਟਰ ਬਲਦੇਵ ਰਾਜ ਚਾਵਲਾ, ਰਜਿੰਦਰ ਮੋਹਨ ਸ਼ੀਨਾ ਅਤੇ ਪੰਜਾਬ ਪ੍ਰਭਾਰੀ ਹਾਜੀ ਖੁਰਸ਼ੀਦ ਦੀ ਹਾਜ਼ਰੀ ਵਿੱਚ ਕੀਤਾ। ਇਸ ਸੰਬੰਧੀ ਡਾਕਟਰ ਬਲਦੇਵ ਰਾਜ ਚਾਵਲਾ ਅਤੇ ਸੈਮਸਨ ਬਬਲੂ ਨੇ ਦੱਸਿਆ ਕਿ ਮਿਸ਼ਨ 2019 ਦੇ ਤਹਿਤ ਭਾਜਪਾ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਵੱਖ-ਵੱਖ ਮੋਰਚਿਆਂ ਦਾ ਗਠਨ ਕੀਤਾ ਗਿਆ ਹੈ ਅਤੇ ਨਵੇਂ ਚੁਣੇ ਗਏ ਸਾਰੇ ਅਹੁਦੇਦਾਰ ਅਤੇ ਵਰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਹਿੱਤੂ ਅਤੇ ਕਾਂਗਰਸ ਦੀਆਂ ਦੇਸ਼ ਵਿਰੋਧੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਗੇ। ਅਜਨਾਲਾ ਤੋਂ ਅਜੀਤ ਵੈਬ ਟੀਵੀ ਲਈ ਗੁਰਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ। ਇਹਦੇ ਸੈਂਸਰ ਮੰਤਰੀ ਜੀ ਸਾਡੇ ਪ੍ਰਧਾਨ ਚੁਣੇ ਗਏ ਔਰ ਸਾਰੀ ਟੀਮ ਜਨਰਲ ਸੈਕਟਰੀ ਸੈਕਟਰੀ ਵਾਈਸ ਪ੍ਰੈਜੀਡੈਂਟ ਸਭ ਚੁਣੇ ਗਏ ਔਰ ਮੈਂ ਇਹਨਾਂ ਨਾਲ ਸਾਡੇ ਹਾਜੀ ਸਾਹਿਬ ਆਏ ਹਨ ਹਾਜੀ ਸਾਹਿਬ ਜਿਹੜੇ ਇਹਨਾਂ ਦੇ ਪ੍ਰਭਾਰੀ ਹਨ ਉਹ ਵੀ ਇੱਥੇ ਤਸ਼ਰੀਫ ਲਿਆਏ ਸਨ। ਅਸੀਂ ਦੋਨਾਂ ਨੇ ਮਿਲ ਕੇ ਸਕੀਮ ਨੂੰ ਅਨਾਊਂਸ ਕੀਤਾ ਹੈ ਔਰ ਮੈਂ ਆਸ ਕਰਦਾ ਹਾਂ ਸਾਰੀ ਟੀਮ ਸਾਡੇ ਨਾਲ ਕੰਮ ਕਰੇਗੀ ਔਰ ਜਿਹੜਾ ਮਿਸ਼ਨ 2021 ਦਾ ਹੈ ਉਹਦੇ ਅੰਦਰ ਚੱਲ ਕਰਕੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਸਾਰੇ 13 ਦੇ 13 ਕੈਂਡੀ ਉਹਨਾਂ ਨੂੰ ਬਤਾਏ ਜਾਏ ਸਾਰਾ ਕੁਝ ਜੋ ਇਸ ਵਿਚਾਰ ਭਾਰਤੀ ਜਨਤਾ ਪਾਰਟੀ ਕਮਜ਼ੋਰ ਨਹੀਂ ਹੈ ਭਾਰਤੀ ਜਨਤਾ ਪਾਰਟੀ ਉਸੇ ਤਰ੍ਹਾਂ ਤੇਜ਼ੀ ਦੇ ਅੰਦਰ ਹੈ ਉਹਨਾਂ ਦੀ ਤਰ੍ਹਾਂ ਸੈਮਸੰਗ ਬਬਲੂ ਮਸੀਹ ਜੀ ਨੇ ਸਾਨੂੰ ਦੱਸਿਆ ਕਿ ਬਹੁਤ ਸਾਰਾ ਜਿਹੜਾ ਕਮੀ ਪੇਸ਼ੀ ਪਿਛਲੀ ਵਾਰੀ ਰਹਿ ਗਈ ਹੈ ਇਹ ਕ੍ਰਿਸ਼ਨ ਭਾਈਚਾਰੇ ਉਹ ਕਮੀ ਪੂਰੀ ਹੋ ਜਾਏਗੀ। ਮੇਰਾ ਨਾਮ ਸੈਮਸਨ ਬਬਲੂ ਆ ਜੀ ਔਰ ਭਾਰਤੀ ਜਨਤਾ ਪਾਰਟੀ ਨੇ ਘੱਟ ਗਿਣਤੀ ਮੋਰਚਾ ਪੰਜਾਬ ਦਾ ਮੈਨੂੰ ਪ੍ਰਧਾਨ ਨਿਯੁਕਤ ਕੀਤਾ ਆ ਔਰ ਅੱਜ ਮੈਂ ਆਪਣੇ ਵੱਡਿਆਂ ਦੇ ਆਸ਼ੀਰਵਾਦ ਲੈ ਕੇ ਭਾਰਤੀ ਜਨਤਾ ਪਾਰਟੀ ਘੱਟ ਗਿਣਤੀ ਮੋਰਚਾ ਪੰਜਾਬ ਦੀ ਜਿਹੜੀ ਟੀਮ ਆ ਉਹਨੂੰ ਅਨਾਊਂਸ ਕੀਤਾ ਆ ਔਰ ਅੱਜ ਅਸੀਂ ਇੱਕ ਪ੍ਰਣ ਲਿਆ ਆ ਕਿ ਜਿਹੜਾ ਮਿਸ਼ਨ 2019 ਆ ਉਹਦੇ ਵਿੱਚ ਜਿੱਥੇ ਬਾਕੀ ਸਾਰੇ ਭਾਈਚਾਰੇ ਜਿਹੜੇ ਨੇ ਡਟ ਕੇ ਸ਼੍ਰੀ ਨਰਿੰਦਰ ਮੋਦੀ ਜੀ ਦੇ ਸਿਰ ਦੇ ਉੱਤੇ ਦੁਬਾਰਾ ਸਿਹਰਾ ਬੰਨ੍ਹਣ ਜਾ ਰਹੇ ਨੇ ਉੱਥੇ ਜਿਹੜੀ ਘੱਟ ਗਿਣਤੀਆਂ ਨੇ ਉਹ ਵੱਧ ਚੜ੍ਹ ਕੇ ਸਾਥ ਦੇ ਕੇ ਇਸ ਵਾਰੀ ਅਸੀਂ ਪਿਛਲੀ ਵਾਰੀ ਦੇ ਨਾਲੋਂ ਜ਼ਿਆਦਾ ਬਹੁਮਤ ਲੈ ਕੇ ਜਿਹੜਾ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਵਾ। ਅੱਜ ਇਹਦੇ ਵਿੱਚ ਲਗਭਗ ਪੰਜਾਬ ਦੀ ਸਾਰੀ ਟੀਮ ਐਲਾਨ ਦਿੱਤੀ ਗਈ ਜਿਹਦੇ ਵਿੱਚ ਵਾਈਸ ਪ੍ਰੈਜੀਡੈਂਟ ਜਨਰਲ ਸੈਕਟਰੀ ਸੈਕਟਰੀ ਅਤੇ ਕੁਝ ਮੈਂਬਰ ਐਲਾਨ ਦਿੱਤੇ ਗਏ। ਉਹ ਭਾਜਪਾ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੀਆਂ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਲੋਕ ਹਿੱਤ ਸਕੀਮਾਂ ਨੇ ਅਗਰ ਅਸੀਂ ਉਹੋ ਹੀ ਸਕੀਮਾਂ ਜਨ ਜਨ ਤੱਕ ਘਰ ਘਰ ਤੱਕ ਪਹੁੰਚਾ ਦਈਏ ਤਾਂ ਮੈਨੂੰ ਲੱਗਦਾ ਕਿ ਅਸੀਂ ਇਸੇ ਗੱਲ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਕਰ ਦਿਆਂਗੇ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹਰ ਵਰਗ ਨੂੰ ਨਾਲ ਲੈ ਕੇ ਚੱਲੇ ਨੇ ਔਰ ਸਭ ਕਾ ਸਾਥ ਅਤੇ ਸਭ ਕੇ ਵਿਕਾਸ ਵਾਲੀ ਗੱਲ ਉਹਨਾਂ ਨੇ ਪੂਰੀ ਕੀਤੀ।